ਗੁਰਬਾਣੀ ਵਿਦਿਆਰਥੀਆਂ ਕੋਲ ਵਾਸਤੇ ਸਾਰੇ ਗੁਰਮੁਖ ਵਿਦਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਸੁਖਮਨੀ ਸਾਹਿਬ ਦੇ 24ਵੇਂ ਸ਼ਬਦ ਦਾ ਉਚਾਰਨ ਇਸ ਪ੍ਰਕਾਰ ਹੈ ਸ਼ਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਇੱਥੇ ਪਾਠ ਆਰਾਧਿਆ ਨਹੀਂ ਕਰਨਾ ਆਰਾਧਿਆ ਕਰਨਾ ਐਡੇ ਨੂੰ ਕਨ ਲਗਾ ਕੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਇਹਨੂੰ ਜਾਕਾ ਨਹੀਂ ਕਹਿਣਾ ਜਾ ਬੋਲਨੇ ਬਿਨਾ ਬਿੰਦੀ ਤੋਂ ਜਾ ਮੈਨੇ ਜਿਸ ਕਾ ਮੈਨੇ ਦਾ ਜਿਸ ਦਾ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਨਕ ਤੇ ਰੁਕਣਾ ਮੈਨੇ हे ਨਾਨਕ ਇਥੇ ਸਬੋਧਨ ਹੈਗਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਇਥੇ ਉਪਦੇਸ਼ ਬੋਲਨਾ ਹੈ ਉਪਦੇਸ਼ ਨਹੀਂ ਪੂਰੇ ਗੁਰ ਕਾ ਸੁਨ ਉਪਦੇਸ਼ ਤੇ ਉਪਦੇਸ਼ ਤੋਂ ਗੱਲ ਹੈਗੀ ਹੈ ਜਿਹਨੂੰ ਕਹਿੰਦੇ ਅਸੀਂ ਸਿੱਖਿਆ ਪਾਰ ਭ੍ਰਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਇਹਨੂੰ ਉਤਰੈ ਦੀ ਬਜਾਏ ਉਤਰੈ ਬੋਲਣਾ ਹੈ ਰਾਰੇ ਨੂੰ ਦਲਾਵਾ ਲਾ ਕੇ ਚਿੰਤ ਦੀ ਬਜਾਏ ਦਦੇ ਨਾਲ ਚਿੰਦ ਅਰਥ ਚਿੰਤਾ ਹੀ ਦਾ ਪਰ ਉਚਾਰਨ ਕਰਨਾ ਹੈ ਚਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ त्यागो तरंग ਇੱਥੇ ਅਨਿਤ ਬੋਲਦਾ ਨੰਨੇ ਨੂੰ ਸਿਆਰੀ ਲਗਾ ਕੇ ਸੰਤ ਜਨਾ ਕੀ ਧੂਰ ਮਨ ਮੰਗ ਮੰਨ ਦੇ ਉੱਪਰ ਜੇ ਹਲਕਾ ਜਿਹਾ ਰੁਕਾਂਗੇ ਤੇ ਜਾਲਾ ਵਧੀਆ ਰਹੇਗਾ ਕਿਉਂਕਿ ਸੁਬੋਧ ਨਹੀਂ ਹੈਗਾ ਸੰਤ ਜਨਾ ਕੀ ਧੂਰ ਮਨ ਮੰਗ ਭਾਵ ਹੈ ਮਨ ਤੂੰ ਮੰਗ ਇੱਥੇ ਦਾ ਅਰਥ ਹੀ ਬਣਦਾ ਹੈਗਾ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲਿਓਂ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਨਾਨਕ ਤੇ ਰੁਕਣਾ ਮੈਨੇ ਏ ਨਾਨਕ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਹਾਂਜੀ ਇਹਨੂੰ ਕੁਸ਼ਲ ਨਹੀਂ ਬੋਲਣਾ ਕੁਸ਼ਲ ਜਿਸ ਨੂੰ ਸੇ ਕੁਸ਼ਲਤਾ ਕਹਿੰਦੇ ਆ ਸੁਖ ਸ਼ਾਂਤ ਤੇ ਆਨੰਦ ਦੀ ਵਿਜੈ ਆਨੰਦ ਐੜੇ ਨੂੰ ਕੰਨਾ ਪਰਨਾਉਂਸ ਹੋਏਗਾ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਇਹਨੂੰ ਅੰਮ੍ਰਿਤ ਨਹੀਂ ਬੋਲਣਾ ਜਿਹੜੇ ਮੰਮੇ ਦੇ ਪੈਰ ਚ ਰਾਰਾ ਹੈਗਾ ਸਿਆਰੀ ਉਸਾਰੇ ਨੂੰ ਬੋਲੀ ਜਾਏਗੀ ਅੰਮ੍ਰਿਤ ਰਾਰਣ ਸਿਆਰੀ ਕਰਕੇ ਅੰਮ੍ਰਿਤ ਜਿਹੜਾ ਵੀ ਪੈਰ ਚ ਅਖਰ ਹੁੰਦਾ ਵੈ ਕੰਨਾ ਸਿਆਰੀ ਪਿਆਰੀ ਔਂਕੜ ਦੁਲੈਂਕੜ ਲਾਹ ਦੁਲਾ ਹੋੜਾ ਕਨੋੜਾ ਲਗਾ ਮਾਤਰਾ ਜਿਹੜੀ ਐ ਹਮੇਸ਼ਾ ਪੈਰ ਦੇ ਅਖਰ ਨੂੰ ਮਣੀ ਜਾਂਦੀ ਹੈ ਇਸ ਤਰ੍ਹਾਂ ਸੋਚੋ ਕਿ ਜਿਹੜਾ ਪੈਰੀ ਪਹਿ ਗਿਆ ਉਹ ਲਾਹਾ ਲੈ ਗਿਆ ਹੁਣ ਪੈਰੀ ਪਹਿ ਗਿਆ ਰਾਰਾ ਤੇ ਸਿਆਰੀ ਦਾ ਲਾਹਾ ਰਾਰੇ ਨੂੰ ਮਿਲ ਗਿਆ ਇਸ ਕਰਕੇ ਸਿਆਰੀ ਰਾਰੇ ਨਾਲ ਲੱਗ ਗਈ ਅੰਮ੍ਰਿਤ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਇਹਨੂੰ ਗੁਣ ਨਹੀਂ ਕਹਿਣਾ ਗੁਣ ਨੰਨੇ ਨਾਲ ਬੋਲਣਾ ਤੇ ਅੰਮ੍ਰਿਤ ਉਚਾਰਨ ਕਰਨਾ ਹੈ ਚਿਤ ਚਿਤਵੋ ਨਾਰਾਇਣ ਏਕ ਇਹਨੂੰ ਨਾਰਾਇਣ ਏਕ ਨਹੀਂ ਬੋਲਣਾ ਨਾਰਾਇਣ ਏਕ ਬੋਲਣਾ ਨੰਨੇ ਨੂੰ ਕੰਨਾ ਰਾਰੇ ਨੂੰ ਕੰਨਾ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਇਹਨੂੰ ਗੋਪਾਲ ਦਮੋਦਰ ਨਹੀਂ ਬੋਲਣਾ ਦਮੋਦਰ ਦੀ ਜਗ੍ਹਾ ਦਾਮੋਦਰ ਦਦੇ ਨੂੰ ਕੰਨਾ ਲਾ ਕੇ ਦਾਮ ਪਲਸ ਉਦਰ ਇਹ ਦੋ ਸ਼ਬਦਾਂ ਦਾ ਜੋੜ ਹੈਗਾ ਦਾਮ ਮਨੇ ਰੱਸੀ ਉਦਰ ਮਨੇ ਪੇਟ ਜਿਹਨੇ ਪੇਟ ਦੇ ਵਾਲੇ ਰੱਸੀ ਬੰਨੀ ਹੋਈ ਹੈ ਦਾ ਮੋਦਰ ਗੋਪਾਲ ਦਾ ਮੋਦਰ ਦੀਨ ਦਇਆਲ ਦਇਆਲ ਨਹੀਂ ਬੋਲਣਾ ਦਇਆਲ ਹੋ ਗਿਆ ਦੱਦੇ ਨੂੰ ਸਿਆਰੀ ਐੜੇ ਨੂੰ ਕੰਨ ਲੱਲਾ ਪਰ ਇੱਥੇ ਦੱਦਾ ਈੜੀ ਨੂੰ ਸਿਆਰੀ ਹੈ ਦ ਏ ਆ ਲ ਦਇਆਲ ਇਸ ਤਰ੍ਹਾਂ ਇਹਦਾ ਉਚਾਰਨ ਹੋਏਗਾ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰਮ ਬਾਰ ਹਾਂ ਇਹਨੂੰ ਬਾਰਮ ਬਾਰ ਬੋਲਣਾ ਹੈਗਾ ਸਿਮਰ ਸਿਮਰ ਨਾਮ ਬਾਰਮ ਬਾਰ ਨਾਨਕ ਜੀ ਦਾ ਇਹ ਆਧਾਰ ਨਾਨਕ ਤੇ ਰੁਕਣਾ ਨਹੀਂ ਇਹ ਨਾਨਕ ਇੱਥੇ ਜੀ ਆ ਨਹੀਂ ਉਚਾਰਨ ਕਰਨਾ ਜੀ ਦੀ ਜੱਜੇ ਦੀ ਵਿਹਾਰੀ ਦੀ ਆਵਾਜ਼ ਲਮਕ ਜਾਏਗੀ ਜੀ ਥੋੜਾ ਚ ਲਮਕਾ ਕੇ ਤਾਂ ਕਿ ਇਹ ਦੋ ਮਾਤਰਾਵਾਂ बन ਜਾਣ ਐੜੇ ਦੀ ਮਾਤਰਾ ਨਾਲ ਜੁੜ ਜਵੇ ਵਿਹਾਰੀ ਦੀ ਦੋ ਮਾਤਰਾਵਾਂ ਹੁੰਦੀਆਂ ਨੇ ਐੜੇ ਦੀ ਇੱਕ ਮੁਕਤੇ ਦੀ ਇੱਕ ਹੁੰਦੀ ਹੈ ਇਹ ਤਿੰਨ ਮਾਤਰਾ ਵਾਲਾ ਸ਼ਬਦ ਬਣਨਾ ਚਾਹੀਦਾ ਨਾਨਕ ਜੀ ਕਾ ਇਹ ਹੈ ਆਧਾਰ ਇਹਨੂੰ ਇਹੀ ਆਧਾਰ ਨਹੀਂ ਬੋਲਣਾ ਨਾ ਇਹੇ ਬੋਲਣਾ ਇਹਨੂੰ ਬੋਲਣਾ ਇਹ ਹੈ ਹਾ ਇਹਨੂੰ ਦੁਲਾਵਾ ਉਚਾਰਨ ਹੋਣਗੀਆਂ ਨਾਨਕ ਜੀ ਕਾ ਇਹ ਹੈ ਅਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮੂਲੀਕ ਲਾਲ ਇਹ ਰਤਨ ਹਾਂ ਇਹਨੂੰ ਅਮੂਲੀਕ ਬੋਲਣਾ ਹੈ ਮੰਮੀ ਨੂੰ ਔਂਕੜ ਲੱਗੀ ਹੋਈ ਹੈ ਇਹ ਤਾਂ ਇਹ ਤਾਂ ਹੈ ਅਮੁੱਲਕ ਤੋਂ ਲਵਸ ਬਣਿਆ ਅਮੁੱਲਕ ਤੋਂ ਅਮੂਲੀਕ ਭਾਵ ਬੇਸ਼ਕੀਮਤੀ ਜਿਹਦਾ ਮੁੱਲ ਨਾ ਪੈ ਸਕੇ ਇਸ ਕਰਕੇ ਮੰਮੀ ਦੀ ਔਂਕੜ ਜ਼ਰੂਰ ਉਚਾਰਨ ਕਰਨੀ ਅਮਲੀਕ ਨਹੀਂ ਬੋਲਣਾ ਇਹਨੂੰ ਬੋਲਣਾ ਹੈ ਅਮੂਲੀਕ ਅਮਲੀਕ ਲਾਲ ਇਹ ਰਤਨ ਸਨੁਤ ਕਮਾਵਤ ਖੋਤ ਉਧਾਰ ਆਪ ਤਰੈ ਲੋਕੇ ਨਿਸਤਾਰ ਤਰੇ ਦੀ ਬਜਾਏ ਤਰੈ ਇਹਦਾ ਪਾਠ ਰਾਰੇ ਦੀ ਦਲਾਵਾਂ ਨਾਲ ਹੋਏਗਾ ਆਪ ਤਰੈ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਕਾ ਸੰਗ ਇਹਨੂੰ ਤਾਕਾ ਦੀ ਬਜਾਏ ਤਾਕਾ ਮੈਨੇ ਉਸ ਦਾ ਤਾ ਦੇ ਉੱਪਰ ਬਿੰਦੀ ਨਹੀਂ ਲਗਾਣੀ ਹੈਗੀ ਤਾ ਦਾ ਮਤਲਬ ਉਸ ਜਾਂ ਤੇ ਤਾਂ ਉੱਥੇ ਬੋਲਿਆ ਜਾਏਗਾ ਜਿੱਥੇ ਇਹ ਲਬਜ਼ ਕੰਜਕਸ਼ਨ ਹੋਏਗਾ ਯੋਜਕ ਹੋਏਗਾ ਜਿਹੜਾ ਦੋ ਵਾਕਾਂ ਨੂੰ ਦੋ ਤੁਕਾਂ ਨੂੰ ਜੋੜਦਾ ਵੈ ਵੀ ਮੈਂ ਸਕੂਲ ਜਾਵਾਂਗਾ ਜਾਂ ਰਿਸ਼ਤੇਦਾਰੀ ਚ ਜਾਵਾਂਗਾ ਮੈਂ ਗੁਰਦੁਆਰੇ ਜਾਵਾਂਗਾ ਜਾਂ ਵਿਆਹ ਤੇ ਜਾਵਾਂ ਉਹ ਜਿਹੜਾ ਜਾਂ ਲਫ਼ਜ਼ ਦੋ ਨੂੰ ਜੋੜਨ ਵਾਲਾ ਹੈ ਉੱਥੇ ਜਾਂ ਬੋਲਿਆ ਜਾਏਗਾ ਤੇ ਤਾਂ ਵੀ ਉੱਥੇ ਬੋਲਿਆ ਜਾਏਗਾ ਬਿੰਦੀ ਵਾਲਾ ਜਿੱਥੇ ਦੋ ਵਾਕ ਜੋੜੇ ਜਾਂਦੇ ਨੇ ਮੈਂ ਭੋਜਨ ਛਕਾਂਗਾ ਤਾਂ ਗੁਰਦੁਆਰੇ ਜਾਵਾਂਗਾ ਤੇ ਤਾਂ ਅਗੇ ਨਾ ਉਹ ਪਰ ਇੱਥੇ ਜਾ ਤੇ ਤਾ ਦਾ ਮਤਲਬ ਹੈ ਜਿਸ ਤੇ ਤਿਸ ਸਫਲ ਜੀਵਨ ਸਫਲ ਤਾਕਾ ਸੰਗ ਮੈਨੇ ਉਸ ਦਾ ਸੰਗ ਜਿੱਥੇ ਉਸ ਵਾਸਤੇ ਤਾ ਆਏਗਾ ਉੱਥੇ ਬਿੰਦੀ ਉਚਾਰਨ ਨਹੀਂ ਹੋਏਗੀ ਸਫਲ ਜੀਵਨ ਸਫਲ ਤਾਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਹੁਣ ਇੱਥੇ ਜਾ ਕੈ ਨਹੀਂ ਬੋਲਣਾ ਜਾ ਮੈਨੇ ਜਿਸ ਕੈ ਮੈਨੇ ਦੇ ਜਾ ਕੇ ਦੀ ਬਜਾਏ ਕੈ ਜਾ ਵੀ ਬਿੰਦੀ ਤੋਂ ਬਿਨਾ ਆਏਗਾ ਤੇ ਕੈ ਦਲਾਵਾਂ ਨਾਲ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਹਾਂਜੀ ਇਹਨੂੰ ਜੈ ਜੈ ਬੋਲਣਾ ਜੈ ਜੈ ਨਹੀਂ ਬੋਲਣਾ ਜੈ ਜੈ ਸ਼ਬਦ ਨਹੀਂ ਦੋ ਅਲੱਗ-ਅਲੱਗ ਇਹ ਵਰਡ ਨੇ ਇਹ ਇਹ ਦੋਨੋਂ ਅਲੱਗ-ਅਲੱਗ ਹੀ ਸੁਣਨੇ ਚਾਹੀਦੇ ਨੇ ਸੁਣਨ ਚ ਆਣੇ ਚਾਹੀਦੇ ਨੇ ਜੈ ਜੈ ਸ਼ਬਦ ਅਨਾਹਦ ਵਾਜੈ ਨਹੀਂ ਜੈ ਜੈ ਸ਼ਬਦ ਅਨਾਹਦ ਵਾਜੈ ਜੈ ਜੈ ਇਸ ਤਰ੍ਹਾਂ ਬੋਲਨੇ ਥੋੜਾ ਜਿਹਾ ਪਾਸ ਦੇ ਕੇ ਤਾਂ ਕਿ ਸੁਣਨ ਮਨ ਲੱਗੇ ਕਿ ਇਹ ਦੋ ਸ਼ਬਦ ਅਲੱਗ-ਅਲੱਗ ਬੋਲੇ ਜਾ ਰਹੇ ਨੇ ਜਜਾ ਇੱਕ ਸ਼ਬਦ ਨਹੀਂ ਹੈਗਾ ਜੈ ਇੱਕ ਸ਼ਬਦ ਹੈ ਜੈ ਦੂਸਰਾ ਸ਼ਬਦ ਹੈਗਾ ਜੈ ਜੈ ਸ਼ਬਦ ਅਨਾਹਤ ਵਾਜੈ ਇੱਥੇ ਵਾਜੈ ਜਜੇ ਨੂੰ ਦਲਾਵਾ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਹਾਂ ਇੱਥੇ ਆਨੰਦ ਨੰਨੀ ਦੀ ਨਾਸਕੀ ਤੁਣੀ ਹੋਏਗੀ ਬਿੰਦੀ ਨਾਲ ਆਨੰਦ ਕਰੇ ਪ੍ਰਭ ਗਾਜੈ ਜਜੇ ਨੂੰ ਦਲਾਵਾ आनंद ਕਵਾਂਗੇ ਤੇ ਨੰਨੇ ਦੀ ਟਿੱਪੀ ਬਣ ਜਾਏਗੀ ਤੇ ਦੋ ਮਾਤਰਾ ਹੋ ਜਾਣਗੀਆਂ ਬਿੰਦੀ ਨਾਲ ਇੱਕ ਮਾਤਰਾ ਮੁਕਤੇ ਵਾਲੀ ਰਹੇਗੀ ਤੇ ਆਨੰਦ ਨਾਲ ਇਹਦਾ ਅਰਥ ਸਪਸ਼ਟ ਹੋ ਜਾਏਗਾ ਵੀ ਆਨੰਦ ਦੀ ਗੱਲ ਚੱਲ ਰਹੀ ਹੈ ਸਿਰਫ ਇੱਕ ਮਾਤਰਾ ਘਟਾਉਣ ਵਾਸਤੇ ਟਿੱਪੀ ਦੀ ਥਾਂ ਤੇ ਇਹਦਾ ਨਸਕੀ ਉਚਾਰਨ ਹੋ ਜਾਏਗਾ ਇਹਨੂੰ ਮੁਕਤਾ ਧਾਰ ਰੱਖਿਆ ਹੋਇਆ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਜਜੇ ਨੂੰ ਦਲਾਵਾ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਹਾਂ ਪ੍ਰਗਟੇ ਦੀ ਬਜਾਏ ਪ੍ਰਗਟੇ ਪਰ ਤੇ ਪ੍ਰ ਪ੍ਰ ਅਧਾਰਾ ਰਹ ਗਿਆ ਪ੍ਰਗਟੇ ਗੋਪਾਲ ਦੀ ਬਜਾਏ ਗੋਪਾਲ ਗੱਗੇ ਨੂੰ ਔਂਕੜ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਇਥੇ ਕੈ ਦੀ ਬਜਾਏ ਕੈ ਇਹਦਾ ਧਿਆਨ ਦੇਣਾ ਆਮ ਤੌਰ ਤੇ ਇਹਨੂੰ ਪੜਿਆ ਜਾਂਦਾ ਪ੍ਰਗਟੇ ਗੋਪਾਲ ਗੋਪਾਲ ਦੀ ਗੋਪਾਲ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਨ ਕੈ ਸਾਥੇ ਨਾਨਕ ਤੇ ਰੁਕਣਾ ਮੈਨੇ ਇਹ ਨਾਨਕ ਉਦਰੇ ਤਿੰਨ ਕੇ ਦੀ ਬਜਾਏ ਤਿੰ ਕੈ ਸਾਥੇ ਕਕ ਨੂੰ ਦੁਲਾਵਾਂ ਗਈਆਂ ਸ਼ਰਨ ਜੋਗ ਸੁਨ ਸ਼ਰਣੀ ਆਏ ਇੱਥੇ ਸ਼ਸ਼ੇ ਨਾਲ ਉਚਾਰਨ ਹੋਏਗਾ ਸ਼ਰਨ ਤੋਂ ਬਣਿਆ ਲਬਸੇ ਸੰਸਕ੍ਰਿਤ ਦਾ ਸ਼ਰਣਿਆ ਤੋਂ ਸ਼ਰਨ ਜੋਗ ਸੁਨ ਸ਼ਰਣੀ ਆਏ ਔਰ ਨੰਨਾ ਬੋਲਣਾ ੜਾਣਾ ਨਹੀਂ ਸ਼ਰਨ ਜੋਗ ਨਹੀਂ ਕਹਿਣਾ ਸ਼ਰਨ ਜੋਗ ਨੰਨੇ ਨਾਲ ਸੁਨ ਸੁਣ ਨਹੀਂ ਸੁਨ ਨੰਨੇ ਨਾਲ ਸ਼ਰਣੀ ਆਏ ਅੱਗੋਂ ਫਿਰ ਨੰਨਾ ਇਹ ਧਿਆਨ ਦੇਣਾ ਬਿਲਕੁਲ ਨੰਨੇ ਦੀ ਥਾਂ ਤੇ ਨੰਨਾ ਹੀ ਉਚਾਰਨ ਹੋਣਾ ਚਾਹੀਦਾ ਹੈ ਅਣਾਣੀ ਦੀ ਥਾਂ ਤੇ ਅਣਾਣਾ ਉਚਾਰਨ ਹੋਣਾ ਚਾਹੀਦਾ ਹੈ ਸ਼ਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਈ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਇਹਨੂੰ ਅੰਮ੍ਰਿਤ ਦੀ ਬਜਾਏ ਅੰਮ੍ਰਿਤ ਅੰਮ੍ਰਿਤ ਜਿਹੜਾ ਪੈਰ ਚ ਲੜ ਰਿਹਾ ਸਿਆਰੀ ਉਹਨੂੰ ਪ੍ਰੋਨਾਂਊਂਸ ਹੋਏਗੀ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਪਏ ਗੁਰਦੇਵ ਹਾਂ ਇਹਨੂੰ ਸੋ ਪ੍ਰਸੰਨ ਨਹੀਂ ਬੋਲਣਾ ਸੁਪ੍ਰਸੰਨ ਸ ਸੇ ਨੂੰ ਔਂਕੜ ਛੋਟੀ ਉਕੀ ਮਾਤਰਾ ਹੈਗੀ ਹੈ ਸੁਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਇੱਥੇ ਕੁਝ ਸੱਜਣ ਪਾਠ ਕਰਦੇ ਨੇ ਪੂਰਨ ਹੋਈ ਪੂਰਨ ਹੋਏ ਸੇਵਕ ਕੀ ਸੇਵ ਹੋਏ ਨਹੀਂ ਹੋਈ ਈ ਇਹਦੇ ਨੂੰ ਇੱਥੇ ਪਿਆਰੀ ਹੈਗੀ ਹੈ ਪੂਰਨ ਹੋਈ ਸੇਵਕ ਕੀ ਸੇਵ ਕਿਉਂਕਿ ਸੇਵਾ ਹੁੰਦੀ ਹੈ ਸੇਵਾ ਹੁੰਦੇ ਨਹੀਂ ਸੇਵਾ ਹੁੰਦੀ ਹੈ ਸੇਵਕ ਦੀ ਸੇਵਾ ਸਿਰੇ ਚੜ ਗਈ ਪੂਰੀ ਹੋ ਗਈ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਢਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭਤਾਰੀ ਇਹਨੂੰ ਪ੍ਰਸਾਦ ਬੋਲਣਾ ਪ੍ਰਸਾਦ ਨਹੀਂ ਹੈ ਨਾ ਸ ਸ ਨਾਲ ਉਚਾਰਨ ਹੋਏਗਾ ਕਰ ਪ੍ਰਸਾਦ ਦਇਆ ਪ੍ਰਭਤਾਰੀ ਦਇਆ ਦੀ ਬਜਾਏ ਦ ਏ ਆ ਈ ੜੀ ਨੂੰ ਸਿਆਰੀ ਇੱਥੇ ਉਚਾਰਨ ਹੋਏਗੀ ਦਇਆ ਕਰ ਪ੍ਰਸਾਦ ਦਇਆ ਪ੍ਰਪਤਾਰੀ ਨਾਨਕ ਨਿਭੀ ਖੇਪ ਹਮਾਰੀ ਨਾਨਕ ਤੇ ਰੁਕਣਾ ਮੈਨੇ ਏ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਇਨ ਇਕਾਗਰ ਦੀ ਬਜਾਏ ਇਕਾਗਰ ਬੋਲ ਰਹੇਗਾ ਈੜੀ ਨੂੰ ਲਾ ਉਚਾਰਨ ਹੋਏਗੀ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ गोबिंद गुणनाम हां जी ਇਥੇ ਕੀ ਗੁਣਨਾਮ ਬੋਲ ਦਿੰਦੇ ਨੇ ਨਾਣੇ ਨਾਲ ਇਥੇ ਨੰਨਾ ਹੈਗਾ ਸੁਖਮਨੀ ਸਹਜ ਗੋਬਿੰਦ ਗੁਣਨਾਮ ਜਿਸਮਨ ਬਸੈ ਸੁ ਹੋਤ ਨਿਧਾਨ ਬਸੇ ਦੀ ਬਜਾਏ ਬਸੈ ਸੁ ਸੋ ਦੀ ਬਜਾਏ ਸੁ ਇਥੇ ਸ ਸੇ ਨੂੰ ਔਕੜ ਪ੍ਰੋਨਾਂਸ ਹੋਏਗੀ ਜਿਸਮਨ ਬਸੈ ਸੁ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਇਥੇ ਫਿਰ ਤਾਂ ਕੀ ਤਾਂ ਕੀ ਨਹੀਂ ਤਾਂ ਕੀ ਸਰਬ ਇੱਛਾ ਸਾਰੀ ਇੱਛਾ ਤਾਂ ਕੀ ਮੈਨੇ ਉਸ ਦੀ ਤਾਂ ਇਥੇ ਬਿੰਦੀ ਨਾਲ ਨਹੀਂ ਉਚਾਰਨ ਹੋਏਗਾ ਬਿਨਾ ਬਿੰਦੀ ਤੋਂ ਉਚਾਰਨ ਹੋਏਗਾ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਪ੍ਰਧਾਨ ਪ੍ਰਧਾਨ ਦੀ ਬਜਾਏ ਪ੍ਰਧਾਨ ਪੁਰਖ ਪ੍ਰਗਟ ਪ੍ਰਗਟ ਦੀ ਬਜਾਏ ਪ੍ਰਗਟ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਹਾਂ ਇਹਨੂੰ ਸਥਾਨ ਨਹੀਂ ਬੋਲਣਾ ਐਡੇ ਨਾ ਬੋਲਣਾ ਅਸਥਾਨ ਬੋਹਰ ਨਾ ਹੋਵੇ ਆਵਨ ਜਾਣ ਹੋਵੀ ਦੀ ਬਜਾਏ ਹੋਵੇ ਆਵਨ ਜਾਣ ਨੰਨੇ ਦੇ ਨਾਲ ਉਚਾਰਨ ਹੋਏਗਾ ਹਰ ਤਨ ਖਾਟ ਚੱਲੇ ਜਨ ਸੋਏ ਇੱਥੇ ਚੱਲੇ ਦੀ ਬਜਾਏ ਚੱਲੇ ਭਾਵ ਚਲਦਾ ਹੈ ਜਾਂਦਾ ਹੈ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਨਾਨਕ ਤੇ ਰੁਕਣਾ ਹੈਗਾ ਪਭੀ ਨਾਨਕ ਤੇ ਜਿਸੇ ਨਾਸਕੀ ਉਚਾਰਨ ਹੋਏਗਾ ਬਿੰਦੀ ਲਗਾ ਕੇ ਖੇਮ ਸ਼ਾਂਤ ਰਿਧ ਨਵ ਨਿਦ ਹਾਂ ਸ਼ਾਂਤ ਸ਼ਾਂਤੀ ਤੋਂ ਲਫ਼ਜ਼ ਬਣਿਆ ਇਹ ਸਾਤ ਕੋਈ ਸ਼ਬਦ ਨਹੀਂ ਹੈਗਾ ਇੱਥੇ ਸ਼ਾਂਤ ਸਿੱਛੇ ਦੇ ਨਾਲ ਖੇਮ ਸ਼ਾਂਤ ਰਿਧ ਨਵ ਨਿਦ ਬੁੱਧ ਗਿਆਨ ਸਰਵ ਤਹ ਸਿਦ ਵਿਦਿਆ ਤਪ ਜੋਗ ਪ੍ਰਭ ਧਿਆਨ ਹਾਂਜੀ ਇਹਨੂੰ ਤਹਿ ਦੀ ਬੋਲਣਾ ਤਹਿ ਬੋਲਣਾ ਬੁੱਧ ਗਿਆਨ ਸਰਬ ਤਹਿ ਸਿਧ ਵਿਦਿਆ ਦੀ ਬਜਾਏ ਵਿਦਿਆ ਬਬੇ ਨਾਲ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸ਼ਨਾਨ ਇਹਨੂੰ ਸ੍ਰੇਸ਼ਟ ਨਹੀਂ ਬੋਲਣਾ ਸ੍ਰੇਸ਼ਟ ਬੋਲਣਾ ਹੈ ਉੱਤਮ ਦੀ ਬਜਾਏ ਊਤਮ ਉੜੇ ਨੂੰ ਦਰੈਂਕੜ ਲੱਗੀਆਂ ਇਸ਼ਨਾਨ ਦੀ ਬਜਾਏ ਇਸ਼ਨਾਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਹਾਂ ਇੱਥੇ ਪ੍ਰਗਾਸ ਦੀ ਜਾਇ ਪ੍ਰਗਾਸ ਪ੍ਰ ਪਰ ਤੇ ਪ੍ਰ ਬਹੁਤ ਫਰਕ ਹੈਗਾ ਅੱਧਾ ਰਾਰਾ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸਭ ਕੈ ਦੀ ਜਾਇ ਸਭ ਕ ਕਕੇ ਨੂੰ ਦੁਲਾਮ ਆ ਗਈਆਂ ਸੁੰਦਰ ਚਤੁਰ ਤਤਕਾ ਬੇਤਾ ਇਹਨੂੰ ਚਤਰ ਦੀ ਬਜਾਇ ਚਤੁਰ ਪਾਠ ਕਰਨੇ ਤਾਂ ਤੈਨੂੰ ਔਂਕੜ ਲੱਗੀ ਹੋਈ ਐ ਉਹ ਉਚਾਰਨ ਹੋਏਗੀ ਸੁੰਦਰ ਚਤੁਰ ਸੁੰਦਰ ਦੇ ਰਾਰੀ ਦੀ ਔਂਕੜ ਤਾਂ ਹੈ ਕਿਉਂਕਿ ਇੱਕ ਵਚਨ ਪੁਲਿੰਗ ਦਾ ਇਹ ਵਿਸ਼ੇਸ਼ਣ ਇੱਕ ਵਚਨੀ ਹੈ ਚਤੁਰ ਦਾ ਵੀ ਇੱਕ ਵਚਨ ਪੁਲਿੰਗ ਦਾ ਇਹ ਵਿਸ਼ੇਸ਼ਣ ਹੈਗਾ ਸੁੰਦਰ ਚਤੁਰ ਤਤ ਕਾ ਬੀਤਾ ਜੇ ਬਹੁਤੇ ਸੁੰਦਰ ਬਹੁਤੇ ਚਤੁਰ ਹੁੰਦੇ ਫਿਰ ਤਤ ਕੇ ਬੀਤੇ ਪਾਠਾਣਾ ਸੀ ਜੇ ਤਤ ਕਾ ਦਿੱਤਾ ਮੈਨੇ ਇੱਕ ਦੀ ਗੱਲ ਚੱਲ ਗਈ ਐ ਇੱਕ ਸੁੰਦਰ ਹੈ ਇੱਕ ਚਤੁਰ ਹੈ ਇਸ ਕਰਕੇ ਇੱਕ ਵਚਨ ਦਾ ਵਿਸ਼ੇਸ਼ਣ ਔਕੜ ਨਾਲ ਆਉਂਦਾ ਹੁੰਦਾ ਹੈ ਅਸੀਂ ਪਿਛੇ ਗੁਰਬਾਣੀ ਵਿਆਕਰਨ ਚ ਸਾਰਾ ਕੁਝ ਕਰ ਚੁੱਕੇ ਹਾਂ ਸੁੰਦਰ ਚਤੁਰ ਤਤਕਾ ਦੇਤਾ ਸਮਦਰਸ਼ੀ ਇੱਕ ਦ੍ਰਿਸ਼ਟੀਤਾ ਜੀ ਸਮਦਰਸ਼ੀ ਇੱਕ ਦ੍ਰਿਸ਼ਟੀਤਾ ਦ੍ਰਿਸ਼ ਦ ਦ ਰਾਰੇ ਦੀ ਨੂੰ ਸਿਆਰੀ ਲੱਗ ਜੇਗੀ ਦ ਰਿ ਸ਼ ਤੇ ਇੱਕ ਦ੍ਰਿਸ਼ਟੀਤਾ ਦ੍ਰਿਸ਼ਟੀਤਾ ਸਸੇ ਨਾਲੇ ਸਸ਼ਣ ਨਾਲ ਉਚਾਰਨ ਹੋਏਗਾ ਇਹ ਫਲ ਿਸ ਜਨ ਕੈ ਮੁਖ ਪਨੇ ਹਾਂ ਕੈ ਦੀ ਬਜਾਏ ਕੈ ਇਥੇ ਪਾਠ ਹੋਏਗਾ ਿਸ ਜਨ ਕੈ ਮੁਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਾਨਕ ਤੇ ਰੁਕਣਾ ਮੈਨੇ ਹੀ ਨਾਮਿਕ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੋਈ ਹਾਂ ਨਿਧਾਨ ਦੇ ਨੰਨੀ ਦੀ ਔਕੜ ਤਾਂ ਨਹੀਂ ਚਾਹੀ ਕਿਉਂਕਿ ਇਹ ਇੱਕ ਵਚਨ ਪੁਲਿੰਗ ਹੈ ਤੇ ਉਹਦਾ ਵਿਸ਼ੇਸ਼ਣ ਇਹ ਉਹ ਵੀ ਇੱਕ ਵਚਨ ਪੁਲਿੰਗ ਦਾ ਵਿਸ਼ੇਸ਼ਣ ਹੋਣ ਕਰਕੇ ਇੱਕ ਵਚਨ ਹੋਣ ਕਰਕੇ ਔਂਕੜ ਨਾਲ ਆਇਆ ਜਿਵੇਂ ਨਿਧਾਨ ਦੇ ਨੰਨੇ ਦੀ ਔਂਕੜ ਨਹੀਂ ਸੀ ਉਚਾਰੀ ਇਹਦੇ ਵੀ ਹਾਹੇ ਦੀ ਔਂਕੜ ਸੀ ਇੱਥੇ ਨਹੀਂ ਉਚਾਰਨੀ ਇਹਦਾ ਪਾਠ ਹੈਗਾ ਇਹ ਨਿਧਾਨ ਜਪੈ ਮਨ ਕੋਈ ਇਹਨੂੰ ਇਹੇ ਨਹੀਂ ਬੋਲਣਾ ਇਹੇ ਬੋਲਾਂਗੇ ਤੇ ਹਾਹੇ ਨੂੰ ਲਾ ਲੱਗ ਜਾਏਗੀ ਸਿੰਪਲ ਜਿਹਾ ਬੋਲਣਾ ਇਹ ਨਿਧਾਨ ਜਪੈ ਮਨ ਕੋਈ ਜਪੈ ਦੀ ਬਜਾਏ ਜਪੈ ਮਨ ਕੋਈ ਆਮ ਤੌਰ ਤੇ ਪੰਜਾਬੀ ਵਿੱਚ ਅਸੀਂ ਇਹੀ ਵੀ ਨਹੀਂ ਬੋਲਦੇ ਸੀ ਇਹ ਕਹਿੰਦੇ ਸੀਦਾ ਹੀ ਇਹ ਇਹਦੇ ਉੱਪਰ ਅਸੀਂ ਜ਼ੋਰ ਲਾ ਦਿੰਦੇ ਹਾਂ ਹਾ ਇਹਦਾ ਇਹ ਨਿਧਾਨ ਜਪੈ ਮਨ ਕੋਇ ਸਭ ਯੁਗ ਮੈਂ ਤਾਕੀ ਗਤ ਹੋਏ ਹਾਂ ਇੱਥੇ ਤਾਕੀ ਦੀ ਬਜਾਏ ਤਾਕੀ ਤੱਤੇ ਦੇ ਕੰਨੇ ਨਾਲ ਬਿੰਦੀ ਨਹੀਂ ਲੱਗੇਗੀ ਤਾਂ ਮੈਨੇ ਉਸ ਸਭ ਯੁਗ ਮੈਂ ਇੱਥੇ ਕਈ ਜੱਗ ਪੜ ਜਾਂਦੇ ਨੇ ਪਰ ਜੱਜੇ ਨੂੰ ਔਂਕੜ ਹੈਗੀ ਹੈ ਯੁਗ ਦੀ ਗੱਲ ਹੈਗੀ ਸਮੇਂ ਦੀ ਗੱਲ ਹੈ ਸਭ ਯੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਹਾਂ ਇੱਥੇ ਕੁਝ ਸੱਜਣ ਜਿਹੜੇ ਨੇ ਬਾਣੀ ਪਾਠ ਕਰ ਜਾਂਦੇ ਨੇ ਬਾਣੀ ਦੀ بجائے ਬਾਣੀ ੜਾਣੇ ਦੇ ਨਾਲ ਗੁਣ ੜਾਣੇ ਦੇ ਨਾਲ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਿਤ ਸ਼ਾਸਤਰ ਵੇਦ ਬਖਾਣੀ ਇਹਨੂੰ ਸਿਮਰਤ ਨਹੀਂ ਪੜਨਾ ਸਿਮਰਿਤ ਪੜਨਾ ਰੀ ਰਾਰੇ ਨੂੰ ਸਿਆਰੀ ਲੱਗੇਗੀ ਜਿਹੜਾ ਪੈਰ ਚ ਰਾਰਾ ਵੇ ਸਿਆਰੀ ਉਸ ਰਾਰੇ ਦੇ ਨਾਲ ਉਚਾਰਨ ਹੋਏਗੀ ਸਿਮਰਿਤ ਸਿਮਰਿਤ ਸ਼ਾਸਤਰ ਪਹਿਲਾ ਸ਼ਸ਼ਾਏਗਾ ਸ਼ਾਸਤਰ ਸੰਸਕ੍ਰਿਤ ਦਾ ਸ਼ਬਦ ਹੈ ਸ਼ਾਸਤਰ ਕਹਿਣਾ ਗਲਤ ਹੋ ਜਾਏਗਾ ਸ਼ਾਸਤਰ ਤਰ ਦੀ ਬਜਾਇ ਤਰ ਕਿਉਂਕਿ ਤਰ ਚ ਰਾਰਾ ਅੱਧਾ ਬੋਲਿਆ ਜਾਏਗਾ ਸਿਮਰਿਤ ਸ਼ਾਸਤਰ 베ਦ ਬਖਾਣੀ ਸਗਲ ਮਤਾੰਤ ਕੇਵਲ ਹਰ ਨਾਮ ਇਹਨ ਮਤਾਤ ਨਹੀਂ ਬੋਲਣਾ ਮਤਾੰਤ ਬਿੰਦੀ ਨਾਲ ਉਚਾਰਨ ਹੋਏਗਾ ਸਗਲ ਮਤਾੰਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੇ ਦੀ ਬਜਾਏ ਕ ਕਕੇ ਨੂੰ ਦੁਲਾਵਾ ਉਚਾਰਨ ਹੋਣਗੀਆਂ ਮਨ ਬਿਸਰਾਮ ਬਿਸਰਾਮ ਅੱਧਾ ਰਾਰਾ ਉਚਾਰਨ ਹੋ ਜਾਏਗਾ ਇੱਥੇ ਗੋਬਿੰਦ ਪਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਥ ਸੰਗ ਮਿਟੈ ਹਾਂਜੀ ਅਪਰਾਧ ਇੱਥੇ ਵੀ ਰਾਰਾ ਅੱਧਾ ਮਿਟੇ ਦੀ ਬਜਾਏ ਮਟੈ ਸੰਤ ਕਿਰਪਾ ਤੇ ਜਮਤੇ ਛੁਟੈ ਹਾਂ ਇਹਨੂੰ ਕਿਰਪਾ ਨਹੀਂ ਬੋਲਣਾ ਜਿਹੜਾ ਪੈਰ ਚਰਾਰਾ ਲੱਗਿਆ ਸਿਆਰੀ ਉਹਨੂੰ ਬੋਲੇਗੀ ਕ ਰਿ ਪਾ ਕਿਰਪਾ ਉਹ ਰਾਰਾ ਵੀ ਆਪਣੇ ਆਪ ਹੀ ਅੱਧਾ ਉਚਾਰਨ ਹੋ ਜਾਏਗਾ ਸੰਤ ਕਿਰਪਾ ਤੇ ਜਮਤੇ ਛਟੈ ਛਟੈ ਪਾਵ ਛੁੱਟ ਜਾਂਦਾ ਹੈ ਬਚ ਜਾਂਦਾ ਹੈ ਛੁੱਟੇ ਨਹੀਂ ਬੋਲਣਾ ਛਟੈ ਠੈਂਕਿਉ ਨੂੰ ਦੁਲਾਵਾ ਉਚਾਰਨ ਹੋਣੀ ਆ ਜਾ ਕੇ ਮਸਤਕ ਕਰਮ ਪ੍ਰਭ ਪਾਏ ਇਹਨੂੰ ਜਾ ਕੇ ਨਹੀਂ ਬੋਲਣਾ ਜਾ ਤੇ ਕੈ ਜਾ ਬਿਨਵੰਦੀ ਤੋਂ ਕ ਕੇ ਨੂੰ ਦੁਲਾਵਾ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਨਾਨਕ ਤੇ ਰੁਕਣਾ ਮੈਨੇ ਇਹ ਨਾਨਕ ਤੇ ਆਏ ਤੇ ਮੈਨੇ ਉਹ ਉਹ ਆਏ ਸਾਧ ਸ਼ਰਨ ਸ਼ਰਨ ਬੋਲਣਾ ਹੈ ਸਰਨ ਨਹੀਂ ਸਾਧ ਸ਼ਰਨ ਨਾਨਕ ਤੇ ਆਏ ਨਾਨਕ ਤੇ ਰੁੱਕ ਕੇ ਫਿਰ ਬੋਲਣਾ ਹੈ ਤੇ ਆਏ ਜਿਸ ਮਨ ਬਸੈ ਸੁਨੇ ਲਾਇ ਪ੍ਰੀਤ ਹਾਂ ਜਿਸ ਮਨ ਬਸੈ ਸੁਨੇ ਨਹੀਂ ਬੋਲਣਾ ਆਮ ਤੌਰ ਤੇ ਗੁਰਮੁਖ ਪਾਠ ਕਰਦੇ ਨੇ ਜਿਸ ਮਨ ਬਸੈ ਸੁਨੇ ਲਾਇ ਪ੍ਰੀਤ ਬਸੈ ਸੁਨੇ ਨਹੀਂ ਹੈਗਾ ਤੇ ਦੋਨਾ ਤੇ ਦਲਾਵਾ ਨਹੀਂ ਬਸੈ ਸੁਨੇ ਇਹਦਾ ਧਿਆਨ ਦੇਣਾ ਬਿਲਕੁਲ ਕਿਉਂਕਿ ਜਦੋਂ ਆ ਦੋ ਪਦੇ ਆਖਰੀ ਸੰਗਤੀ ਰੂਪ ਚ ਗਾਏ ਜਾਂਦੇ ਨੇ ਉਦੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਇਸ ਕਰਕੇ ਬਹੁਤ ਧਿਆਨ ਦੇਣਾ ਹੈ ਨਾ ਆਖਰੀ ਦੋ ਪਦਿਆਂ ਤੇ ਜਿਸ ਮਨ ਬਸੈ ਸੁਨੇ ਲਾਇ ਪ੍ਰੀਤ ਕਿਸ ਜਨ ਆਵੇ ਹਰ ਪ੍ਰਭ ਚੀਤ ਆਵੇ ਦੀ ਬਜਾਏ ਆਵੇ ਬਾਬੇ ਨੂੰ ਦੁਲਾਵਾ ਜਨਮ ਮਰਨ ਤਾਕਾ ਦੁਖ ਨਿਵਾਰੇ ਇੱਥੇ ਮਰਨ ਨਾੜੇ ਨਾਲ ਨਹੀਂ ਹੈਗਾ ਮਰਨ ਨੰਨੇ ਨਾਲ ਤੇ ਤਾਕਾ ਗਲਤ ਹੋ ਗਿਆ ਤਾਕਾ ਮੈਨੇ ਉਸ ਦਾ ਬਿਨਾ ਬਿੰਦੀ ਤੋਂ ਉਚਾਰਨ ਹੋਏਗਾ ਤੇ ਦੁਖ ਦਦੇ ਨੂੰ ਦਲੈਂਕਣ ਨਾਲ ਨਿਵਾਰੇ ਦੀ ਬਜਾਏ ਨਿਵਾਰ ਹੈ ਰਾਰੇ ਨੂੰ ਦਰਾਮਾ ਲੱਗ ਜਾਣਗੀਆਂ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਬ ਦੇ ਤਤਕਾਲ ਉਧਾਰੈ ਹਾਂ ਇਹਨੂੰ ਦੁਲਬ ਪੜਨਾ ਹੈ ਔਖਾ ਲੱਭਿਆ ਜਾਣ ਵਾਲਾ ਲੱਭ ਹੁੰਦਾ ਲੱਭਣਾ ਦੁਲਬ ਮੈਨੇ ਔਖਾ ਲੱਭਣ ਵਾਲਾ ਇਹਨੂੰ ਦੁਲਬ ਨਹੀਂ ਪੜਨਾ ਇਹਨੂੰ ਦੁਲਬ ਪੜਨਾ ਹੈ ਲੱਲੇ ਉੱਤੇ ਅਦਕ ਦਾ ਉਚਾਰਨ ਹੋਏਗਾ ਗੁਰੂ ਸਾਹਿਬ ਦੇ ਜ਼ਮਾਨੇ ਚ ਅਦਕ ਨਹੀਂ ਸੀ ਹੁੰਦੀ ਪਰ ਉਚਾਰਨ ਹੁੰਦੀ ਸੀ ਅਦਕ ਬਹੁਤ ਬਹੁਤ ਬਾਅਦ ਵਿੱਚ ਆਈ ਹੈ ਦੁਲੱਬ ਦੇ ਤਤਕਾਲ ਉਧਾਰ ਹੈ ਉਧਾਰੇ ਦੀ بجائے ਉਧਾਰੇ ੜਾਰੇ ਨੂੰ ਦੁਲਾਵਾ ਨਿਰਮਲ ਸ਼ੋਭਾ ਅੰਮ੍ਰਿਤ ਤਾਕੀ ਬਾਣੀ ਹਾਂਜੀ ਸ਼ੋਭਾ ਦੀ بجائے ਸ਼ੋਭਾ ਇਹ ਹਿੰਦੀ ਦਾ ਸ਼ਬਦ ਹੈਗੇ ਅੰਮ੍ਰਿਤ ਦੀ بجائے ਅੰਮ੍ਰਿਤ ਅੰ ਮ ਰਿਤ ਪੈਰ ਦੀ ਪੈਰ ਨੂੰ ਜਿਹੜਾ ਰਾਲਾ ਲੱਗੇ ਸਿਆੜੀ ਉਸ ਰਾਰੇ ਨੂੰ ਉਚਾਰਨ ਹੋਏਗੀ ਤਾਂ ਕੀ ਦੀ بجائے ਤਾਕੀ ਬਿਨਾ ਬਿੰਦੀ ਤੋਂ ਤਾ ਬੋਲਣਾ ਹੈ ਬਾਣੀ ਦੀ بجائے ਬਾਨੀ ਨੰਨੇ ਨਾਲ ਨਿਰਮਲ ਸ਼ੋਭਾ ਅੰਮ੍ਰਿਤ ਤਾ ਕੀ ਬਾਣੀ ਇੱਕ ਨਾਮ ਮਨਮਹਿ ਸਮਾਨੀ ਦੂਖ ਰੋਗ ਬਿਨਸ਼ੇ ਪੈ ਪਰਮ ਹਾਂਜੀ ਇਥੇ ਬਿਨਸ਼ੇ ਪਾਠ ਵੀ ਕਰੋਗੇ ਤਾਂ ਜ਼ਿਆਦਾ ਇਹਦਾ ਵਧੀਆ ਉਚਾਰਨ ਹੋਏਗਾ ਨਾਸ਼ਤ ਹੋਣ ਦੀ ਗੱਲ ਹੈ ਵੀ ਨਾਸ਼ ਹੋ ਜਾਂਦੇ ਨੇ ਦੂਖ ਰੋਗ ਬਿਨਸ਼ੇ ਪੈ ਪਰਮ ਸਾਧਨਾ ਨਿਰਮਲ ਤਾਂਕੇ ਕਰਮ ਇੱਥੇ ਵੀ ਤਾਂਕੇ ਨਹੀਂ ਬੋਲਣਾ ਤਾਂਕੇ ਬਿਨਾ ਬਿੰਦੀ ਤੋਂ ਤਾ ਬੋਲਣਾ ਤਾ ਮੈਨੇ ਉਸ ਕੇ ਮੈਨੇ ਦੇ ਸਾਧਨਾ ਨਿਰਮਲ ਤਾਂਕੇ ਕਰਮ ਸਭ ਤੇ ਊਚ ਤਾਂਕੀ ਸ਼ੋਭਾ ਬਣੀ ਤਾਂਕੀ ਦੀ ਬਜਾਏ ਤਾਂਕੀ ਬਿਨਾ ਬਿੰਦੀ ਤੋਂ ਤਾ ਸ਼ੋਭਾ ਦੀ ਬਜਾਏ ਸ਼ੋਭਾ ਸਭ ਤੇ ਊਚ ਤਾਂਕੀ ਸ਼ੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਨਾਨਕ ਤੇ ਰੁਕਣਾਵੇਂ ਨੇ ਇਹ ਨਾਨਕ ਇਹ ਗੁਣ ਦੀ ਵਿਜੈ ਗੁਣ ਰਾਣੀ ਇਥੇ ਡਾਣਾ ਉਚਾਰਨ ਹੋਏਗਾ ਨੰਨਾ ਨਹੀਂ ਨਾਨਕ ਇਹ ਗੁਣ ਨਾਮ ਸੁਖਮਨੀ ਹਾਂਜੀ ਇਹ ਸੁਖਮਨੀ ਸਿਆ ਦਾ ਜਿਹੜਾ ਪਾਠ ਹੈ ਇਹਦੇ ਵਿੱਚ ਰਹਾਉ ਦੇ ਬੰਦ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਨੂੰ ਕਿਹਾ ਸੁਖਾਂ ਦੀ ਮਣੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਅਖੀਰ ਤੇ ਜਾ ਕੇ ਫਿਰ ਕਹਿ ਦਿੱਤਾ ਕਿ ਇਹਨਾਂ ਗੁਣਾਂ ਦੇ ਕਾਰਨ ਜਿਹੜੇ ਗੁਣ ਉੱਪਰ ਦੱਸੇ ਨੇ ਸਾਰੀਆਂ ਅਸ਼ਟਪਦੀਆਂ ਸਲੂਕਾਂ ਸ਼ਬਦਾਂ ਦੇ ਵਿੱਚ ਇਹਨਾਂ ਗੁਣਾਂ ਦੇ ਕਾਰਨ ਪ੍ਰਭੂ ਦੇ ਨਾਮ ਨੂੰ ਸੁੱਖਾਂ ਦੀ ਮਣੀ ਕਿਹਾ ਜਾਂਦਾ ਹੈ ਇਹ ਜਿਹੜਾ ਰੱਬ ਦਾ ਨਾਮ ਹੈ ਕੋਈ ਵੀ ਰੱਬੀ ਗੁਣ ਜਿਹਨੂੰ ਅਸੀਂ ਧਾਰਦੇ ਹਾਂ ਉਹ ਹਰ ਰੱਬੀ ਗੁਣ ਸਾਨੂੰ ਸੁੱਖ ਹੀ ਦਿੰਦਾ ਹੈ ਚਾਹੇ ਸੱਚ ਹੈ ਸੰਤੋਖ ਹੈ ਦਇਆ ਤਰਮ ਤੀਰਜ ਗਿਆਨ ਵਿਰਾਗ ਨਿਮਰਤਾ ਨਿਰਮਮਤਾ ਨਿਸ਼ਕਾਮਤਾ ਨੇਕ ਨੀਤੀ ਸਚਾਈ ਇਮਾਨਦਾਰੀ ਜਿੰਨੇ ਵੀ ਗੁਣ ਹੈਗੇ ਨੇ ਇਹ ਸਾਰੇ ਰੱਬ ਦੇ ਨਾਮ ਨੇ ਰੱਬੀ ਗੁਣ ਨੇ ਜਿੰਨੇ ਰੱਬ ਦੇ ਨਾਮ ਨੇ ਸਾਰੇ ਉਹਦੇ ਗੁਣ ਨੇ ਔਰ ਰੱਬ ਦੇ ਸਾਰੇ ਨਾਮ ਉਹਦੇ ਗੁਣਾ ਨੂੰ ਦੇਖ ਕੇ ਰੱਖੇ ਹੋਏ ਨੇ ਜੇ ਦੇਖਿਆ ਕਿ ਪ੍ਰਭੂ ਜੀਵਾਂ ਨੂੰ ਪੈਦਾ ਕਰਨ ਵਾਲੇ ਤੇ ਨਾਮ ਰੱਖ ਦਿੱਤਾ ਕਰਤਾਰ ਸਿਰਜਣਹਾਰ ਜੇ ਦੇਖਿਓ ਪਾਲਦਾ ਹੈ ਤੇ ਨਾਮ ਰੱਖ ਦਿੱਤਾ ਪਾਲਣਹਾਰ ਦਾਤਾਰ ਦਾਤਾਂ ਦਿੰਦਾ ਹੈ ਦਾਤਾਰ ਪ੍ਰਤੀਪਾਲਕ ਪਾਲਣਾ ਕਰਦਾ ਹੈ ਜੇ ਤਰਸ ਖਾਂਦਾ ਹੈ ਨਾਮ ਰੱਖ ਦਿੱਤਾ ਦਿਆਲੂ ਕਿਰਪਾਲੂ ਜੇ ਸਾਡੇ ਗੁਨਾਹ ਮਾਫ ਕਰਦੇ ਤੇ ਨਾਮ ਰੱਖ ਦਿੱਤਾ ਬਖਸ਼ਿੰਦ ਜਿੰਨੇ ਵੀ ਨਾਮ ਨੇ ਸਾਰੇ ਗੁਣ ਨੇ ਤੇ ਜਿਹੜਾ ਇਹਨਾਂ ਗੁਣਾਂ ਨੂੰ ਧਾਰਨ ਕਰਦਾ ਹੈ ਉਹੀ ਸੁਖੀ ਹੁੰਦਾ ਕਿਉਂਕਿ ਪ੍ਰਭੂ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ ਭਾਵ ਰੱਬ ਦੇ ਗੁਣ ਹੀ ਸੁਖ ਦੇਣ ਵਾਲੇ ਨੇ ਜਿਹੜਾ ਜਿਹੜਾ ਰੱਬ ਦੇ ਗੁਣਾਂ ਨੂੰ ਧਾਰਨ ਕਰਦਾ ਹੈ ਉਹ ਸੁਖੀ ਹੋ ਜਾਂਦਾ ਹੈ ਸਭ ਤੇ ਊਚ ਤਾਂ ਕੀ ਸ਼ੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਆ ਜਿਹੜੇ ਗੁਣ ਨੇ ਨਾ ਪ੍ਰਭੂ ਦੇ ਬਸ ਇਹ ਗੁਣ ਹੀ ਸੁਖ ਦੇਣ ਵਾਲੇ ਨੇ ਰੱਬ ਦਾ ਨਾਮ ਇਨਾ ਉੱਪਰ ਦੇ ਸਾਰੇ ਗੁਣਾਂ ਨੂੰ ਧਾਰਨ ਕਰਨਾ ਹੀ ਰੱਬ ਦੇ ਨਾਮ ਨੂੰ ਜਪਣਾ ਹੈ। ਪ੍ਰਭੂ ਦੇ ਨਾਮ ਨੂੰ ਧਾਰਨ ਕਰਨਾ ਹੈ। ਸੁਖਮਨੀ ਸਾਹਿਬ ਦੀ ਬਾਣੀ ਦੀ ਸਾਰੀ ਸੰਥਿਆ ਸਿਕਰ ਲਈ ਹੈ। ਔਰ ਇਸ ਸੰਥਿਆ ਕਰਦੇ ਅਬ્યੰਤ ਮਿਰਤੁ ਪੁਲਾ ਹੋਈਆਂ ਹੋਣਗੀਆਂ। ਕਿਉਂਕਿ ਕੋਈ ਵੀ ਮਨੁੱਖ ਪੂਰਾ ਨਹੀਂ ਹੈ। ਕਿਤੇ ਨਾ ਕਿਤੇ ਅਸੀਂ ਗਲਤੀਆਂ ਕਰ ਜਾਂਦੇ ਹਾਂ। ਭੁੱਲਣ ਅੰਦਰ ਸਭ ਕੋ। ਅਭੁੱਲ ਗੁਰੂ ਕਰਤਾਰ ਤੇ ਮੇਰੀਆਂ ਭੁੱਲਾਂ ਨਾਲ ਚਤਾਰਨਾ। ਤੇ ਆਪ ਜੀ ਜਦੋਂ ਵੀ ਪਾਠ ਕਰੋ ਗੁਰਬਾਣੀ ਦੀ ਪੁਥੀ ਗੁਟਕਾ ਖੋਲ ਕੇ ਇੱਕ ਇੱਕ ਸ਼ਬਦ ਨੂੰ ਦੇਖ ਕੇ ਕਿੱਥੇ ਔਂਕੜ ਹੈ ਕਿੱਥੇ ਦੁਲੈਂਕੜ ਹੈ ਕਿੱਥੇ ਲਾਂ ਕਿੱਥੇ ਦੁਲਾਵਾਂ ਕਿੱਥੇ ਕੰਨਾ ਕਿੱਥੇ ਮੁਕਤਾ ਦੇਖ ਕੇ ਉਹਨੂੰ ਤੁਸੀਂ ਪਾਠ ਕਰੋਗੇ ਤੇ ਤੁਹਾਡਾ ਪਾਠ ਆਪਣੇ ਆਪ ਹੀ ਸ਼ੁੱਧ ਹੋ ਜਾਏਗਾ ਇਹ ਪੂਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਸੰਥਿਆ ਕਰਾਂਦੇ ਹੁਈਆਂ ਵਿੰਤਪੁੱਲਾ ਖਿਮਾ ਕਰੰਗੀਆਂ ਜੀ ਮਿਲ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਖੂ ਜੀ ਕੀ ਫਤਿਹ